ਫਲ ਖਾਣੇ ਚਾਹੀਦੇ ਨੇ, ਕਿਹੜਾ ਜੂਸ ਪੀਣਾ ਚਾਹੀਦਾ, ਜਿਹਦੇ ਨਾਲ ਪੇਟ ਰੋਗੀਆਂ ਦੇ ਅੰਦਰ ਪੇਟ ਦੀ ਜਿਹੜੀ ਗਰਮੈਸ਼ ਉਹ ਵੀ ਨਿਕਲ ਜਾਏ, ਪੇਟ ਸੌਖਾ ਵੀ ਰਹੇ, ਪੇਟ ਦੇ ਵਿੱਚ ਗੈਸ ਵੀ ਨਾ ਬਣੇ ਤੇ ਪੇਟ ਭਾਰਾ ਵੀ ਨਾ ਬਣੇ ਤੇ ਵਾਰ ਵਾਰ ਲੈਟਰਿਨ ਦੀ ਹੁੜਕ ਵੀ ਨਾ ਉੱਠੇ। ਇੱਦਾਂ ਦੇ ਜਿਹੜੇ ਫਲ ਨੇ ਮੈਂ ਤੇ ਜੂਸ ਨੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਲੱਗਿਆ ਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਧਿਆਨ ਦੇ ਨਾਲ ਪੂਰੀ ਸੁਣਿਓ ਤਾਂ ਜੋ ਤੁਹਾਨੂੰ ਜੂਸ ਬਣਾਉਣ ਦਾ ਤਰੀਕਾ ਤੇ ਫਲ ਨੂੰ ਯੂਜ਼ ਕਰਨ ਦਾ ਤਰੀਕਾ ਮੈਂ ਇਸ ਵੀਡੀਓ ਦੇ ਵਿੱਚ ਸੰਪੂਰਨਤਾ ਦੇ ਵਿੱਚ ਦੱਸਾਂਗਾ, ਧਿਆਨ ਨਾਲ ਸੁਣਿਓ। ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਦੇ ਵਿੱਚ ਬੀ ਪਾਏ ਜਾਂਦੇ ਨੇ ਜਿਵੇਂ ਅਮਰੂਦ, ਜਿਵੇਂ ਅਨਾਰ, ਇਹ ਦਾ ਜਿਹੜੇ ਫਲ ਨੇ ਇਹਨਾਂ ਫਲਾਂ ਨੂੰ ਤੁਸੀਂ ਜੂਸ ਦੇ ਰੂਪ ਦੇ ਵਿੱਚ ਲੈ ਸਕਦੇ ਹੋ। ਜੂਸ ਕਿਵੇਂ ਪੀਣਾ? ਅਨਾਰ, ਮੌਸੰਮੀ, ਚੁਕੰਦਰ, ਅਨਾਨਾਸ ਤੇ ਗਾਵਾ, ਅਮਰੂਦ ਜਾਣੇ, ਇਹ ਸਾਰੇ ਮਿਕਸ ਕਰਕੇ ਇਹਦਾ ਜੂਸ ਬਣਾਓ, ਜੂਸ ਬਣਾ ਕੇ ਪੀਓ। ਇਹ ਜੂਸ ਕਿੰਨਾਂ ਰੋਗੀਆਂ ਨੂੰ ਠੀਕ ਕਰੇਗਾ, ਕਿੰਨਾਂ ਰੋਗੀਆਂ ਲਈ ਫਾਇਦੇਮੰਦ ਹੈ? ਜਿਨ੍ਹਾਂ ਨੂੰ ਪੇਟ ਦੇ ਵਿੱਚ ਅਫਾਰਾ ਬਣਿਆ ਰਹਿੰਦਾ, ਗੈਸ ਬਹੁਤ ਬਣਦੀ ਹੈ, ਜਿਨ੍ਹਾਂ ਨੂੰ ਲੈਟਰਿਨ ਦੀ ਹੁੜਕ ਤਾਂ ਉੱਠਦੀ ਹੈ ਪਰ ਲੈਟਰਿਨ ਆਉਂਦੀ ਨਹੀਂ, ਇਕੱਲੀ ਗੈਸ ਸਰਦ ਕੇ ਨਿਕਲ ਕੇ ਰਹਿ ਜਾਂਦੀ ਹੈ ਪਰ ਸੰਤੁਸ਼ਟ ਨਹੀਂ ਹੁੰਦੇ, ਉਹਨਾਂ ਨੂੰ ਜਿਹੜਾ ਅਮਰੂਦ ਆ ਇਹ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਦੇ ਵਿੱਚ ਪਪੀਤਾ ਵੀ ਪਾ ਸਕਦੇ ਨੇ ਜਿਨ੍ਹਾਂ ਨੂੰ ਕੌਨਸਟੀਪੇਸ਼ਨ ਦੀ ਪ੍ਰੋਬਲਮ ਰਹਿੰਦੀ ਆ, ਚੀਕੂ ਵੀ ਪਾ ਸਕਦੇ ਨੇ ਵਿੱਚ, ਚੀਕੂ ਦਾ ਰਸ ਵੀ ਲੈ ਸਕਦੇ, ਚੀਕੂ ਸਿੱਲ ਕੇ ਉੱਪਰਲਾ ਸਿੱਲਰ ਲਾ ਕੇ ਉਹਨੂੰ ਚਵਾ ਕੇ ਚਿੱਤ ਕੇ ਖਾ ਵੀ ਸਕਦੇ ਆ। ਮਤਲਬ ਜਿਹੜੇ ਰੋਗੀ ਪੀੜਿਤ ਨੇ ਵੀ ਟੋਇਲਟ ਬੈਠੇ ਰਹਿੰਦੇ ਆ ਜੀ, ਜ਼ੋਰ ਲੱਗੀ ਜਾਂਦਾ, ਲੈਟਰਿਨ ਆਉਂਦੀ ਨਹੀਂ, ਬੜੇ ਤੰਗ ਹੋਏ ਆ, ਉਹਨਾਂ ਰੋਗੀਆਂ ਲਈ ਇਹ ਕਾਰਗਰ ਆ ਜਿਹੜਾ ਮੈਂ ਤੁਹਾਨੂੰ ਜੂਸ ਦੱਸ ਚੁੱਕਿਆ ਕਿ ਹੱਥ ਬੰਨ ਕੇ ਬੇਨਤੀ ਹੈ ਇਸ ਗੱਲ ਦਾ ਖਿਆਲ ਜ਼ਰੂਰ ਰੱਖਿਓ, ਤਾਜ਼ੇ ਫਲ ਲਵੋ, ਤਾਜ਼ੇ ਫਲ ਲੈ ਕੇ ਉਹਨਾਂ ਦਾ ਔਨ ਦਾ ਸਪੋਟ ਇੱਕ ਦੋ ਦਿਨਾਂ ਦੇ ਵਿੱਚ ਹੀ ਰਸ ਕੱਢ ਕੇ ਪੀਓ। ਇਹ ਨਾ ਹੋਵੇ ਵੀ ਤੁਸੀਂ ਲਿਆ ਕੇ ਰੱਖ ਲਏ, ਪੰਜ ਸੱਤ ਦਸ ਦਿਨ ਪਏ ਰਹੇ, ਫਿਰ ਤੁਸੀਂ ਜੂਸ ਬਣਾ ਬਣਾ ਕੇ ਪੀ ਗਏ, ਉਹ ਵਾਇਦਾ ਘਰ ਹੈ, ਉਹਨੇ ਕੰਮ ਘੱਟ ਕਰਨਾ, ਤਕਲੀਫ ਜ਼ਿਆਦਾ ਦੇਣੀ ਹੈ। ਇੱਕ ਫਲਾਂ ਦੇ ਵਿੱਚ ਧਿਆਨ ਰੱਖਣ ਦੀ ਲੋੜ ਆ, ਜਿਹੜੇ ਫਲ ਤੁਸੀਂ ਖਾਣੇ ਆ, ਜਿਨ੍ਹਾਂ ਰੋਗੀਆਂ ਨੂੰ ਰਹਿੰਦੀ ਹੈ ਕੌਨਸਟੀਪੇਸ਼ਨ, ਇੱਕ ਪਾਸਿਓਂ ਲੈਟਰਿਨ ਹਫ਼ਤੇ ਦੇ ਵਿੱਚ ਤਿੰਨ ਦਿਨ ਐਸੇ ਆਉਂਦੇ ਆ ਪਾਣੀ ਵਾਂਗੂ ਆਉਂਦੀ ਹੈ, ਇੱਕ ਪਾਸਿਓਂ ਇੱਦਾਂ ਹੁੰਦਾ ਵੀ ਟੋਇਲਟ ਸਖ਼ਤ ਹੋ ਜਾਂਦੀ ਹੈ, ਦੋ ਦਿਨ ਸਖ਼ਤ ਆਉਂਦੀ ਨਹੀਂ, ਜ਼ੋਰ ਲੱਗੀ ਜਾਂਦਾ। ਹੁਣ ਇਹ ਪੇਸ਼ੈਂਟ ਕਨਫਿਊਜ਼ਨ 'ਚ ਰਹਿੰਦੇ ਆ ਵੀ ਜੀ ਅਸੀਂ ਤਾਂ ਬੜੇ ਤੰਗ ਆ, ਜੇ ਲੈਟਰਿਨ ਲੱਗਦੀ ਹੈ ਉਹਨੂੰ ਰੋਕਣ ਵਾਸਤੇ ਦਵਾਈ ਲੈਂਦੇ ਹਾਂ ਤਾਂ ਬਿਲਕੁਲ ਹੀ ਜਾਮ ਲੱਗ ਜਾਂਦਾ, ਜੇ ਮਤਲਬ ਉਹ ਦਵਾਈ ਛੱਡਦੇ ਹਾਂ ਤਾਂ ਫਿਰ ਬਿਲਕੁਲ ਪਾਣੀ ਵਾਂਗੂ ਪਤਲੀ ਜਾਂਦੀ ਹੈ। ਇਹਨਾਂ ਲਈ ਧਿਆਨ ਦੇਣ ਦੀ ਗੱਲ ਹੈ, ਅੱਜ ਕੱਲ੍ਹ ਬੱਬੂ ਗੋਸ਼ਾ ਆ ਰਿਹਾ ਬਹੁਤ ਵਧੀਆ ਕੁਆਲਿਟੀ ਦਾ, 120-30 ਰੁਪਏ ਕਿਲੋ ਜਿਹੜਾ ਬੱਬੂ ਗੋਸ਼ਾ ਆ ਰਿਹਾ ਵਧੀਆ, ਉਹ ਹਰ ਰੋਜ਼ ਦੇ ਦੋ ਤਿੰਨ ਬੱਬੂ ਗੋਸ਼ੇ ਖਾਣ, ਇੱਕ ਵਾਰ 'ਚ ਇਕੱਠੇ ਨਹੀਂ ਖਾਣੇ, ਦੋ ਤਿੰਨ ਵਾਰ 'ਚ ਖਾਣੇ ਆ। ਉਹਦੇ ਨਾਲ ਕੀ ਹੁੰਦਾ, ਅੰਤਰੀ ਜਿਹੜੀ ਹੈਗੀ ਆ ਉਹ ਸੌਖੀ ਰਹਿਣੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਬਦਲੇ ਤੁਸੀਂ ਅੰਨ ਘੱਟ ਖਾਣਾ, ਮਤਲਬ ਜਿਹੜੀ ਕਣਕ ਖਾ ਰਹੇ ਹਾਂ, ਕਣਕ ਦੀ ਰੋਟੀ ਖਾ ਰਹੇ ਹਾਂ, ਉਹ ਖਾਓ ਪਰ ਘੱਟ ਮਾਤਰਾ 'ਚ ਖਾਓ। ਇੱਕ ਗੱਲ ਦਾ ਹੋਰ ਖਿਆਲ ਰੱਖੋ
ਤੁਸੀਂ ਕਣਕ ਦੇ ਵਿੱਚ ਜਿਹੜਾ ਕਣਕ ਦਾ ਆਟਾ ਯੂਜ਼ ਕਰੋਗੇ, MP ਦੀ ਕਣਕ ਦਾ ਆਟਾ ਯੂਜ਼ ਕਰੋ, ਮੱਧ ਪ੍ਰਦੇਸ਼ ਦੀ ਕਣਕ, ਸਰਸੋਂ ਦੀ ਕਣਕ ਦੇ ਨਾਂ ਤੇ ਕਣਕ ਆਉਂਦੀ ਆ, ਉਹਦਾ ਆਟਾ ਬਣਵਾਓ। ਵੱਡੀਆਂ ਜਿਹੜੀਆਂ ਚੱਕੀਆਂ ਨੇ ਵਧੀਆ, ਉਹਨਾਂ ਦੇ ਵਿੱਚ ਬਣਿਆ ਬਣਾਇਆ ਮਿਲ ਜਾਂਦਾ, ਔਨ ਦਾ ਸਪੋਟ ਵੀ ਉਹ ਖੜੇ ਖੜੇ ਤੇ ਕੱਢ ਦਿੰਦੇ ਆ, ਪੀਸ ਕੇ ਦੇ ਦਿੰਦੇ ਆ। ਤਾਂ ਆਪਾਂ ਉਸ ਆਟੇ ਦੀ ਰੋਟੀ ਲੈਣੀ ਆ, ਉਸ ਰੋਟੀ ਨੂੰ ਚੰਗੀ ਤਰ੍ਹਾਂ ਚਵਾ ਕੇ ਚਿੱਥ ਕੇ ਖਾਣ ਦੇ ਨਾਲ ਸੌਖੀ ਡਾਇਜੈਸਟ ਹੋ ਜਾਂਦੀ ਹੈ, ਫਾਈਬਰ ਵਧੀਆ ਬਣਾਉਂਦੀ ਹੈ, ਟੋਇਲਟ ਈਜ਼ੀਲੀ ਪਾਸ ਹੋ ਜਾਂਦੀ ਹੈ। ਜਦੋਂ ਆਪਣੀਆਂ ਅੰਤੜੀਆਂ ਤੇ ਬੋਝ ਨਹੀਂ ਪਊਗਾ, ਅੰਤੜੀਆਂ ਦੀ ਤਾਕਤ ਆਪਣੇ ਆਪ ਵਧਣ ਲੱਗ ਜੂਗੀ, ਉਹਦੇ ਨਾਲ ਜਿਹੜੇ ਅੰਦਰਲੇ ਜ਼ਖਮ ਨੇ ਉਹ ਜਲਦੀ ਘਟਣੇ ਸ਼ੁਰੂ ਹੋ ਜਾਂਦੇ ਆ, ਖੂਨ ਆਉਣਾ ਬੰਦ ਹੋਣ ਲੱਗ ਜਾਂਦਾ ਨੈਚੁਰਲੀ ਵੇ ਦੇ ਨਾਲ। ਨਹੀਂ ਤਾਂ ਸਾਡੇ ਕੋਲ ਬੜੇ ਪੇਸ਼ੈਂਟ ਇੱਦਾਂ ਦੇ ਆਉਂਦੇ ਨੇ ਜਿਹਨਾਂ ਪੇਸ਼ੈਂਟਾਂ ਨੇ ਮੀਸਾ ਕੋਲ ਖਾ ਕੇ ਆਪਣਾ ਦਿਮਾਗ ਵੀ ਖਰਾਬ ਕਰ ਲਿਆ, ਸਰੀਰ ਵੀ ਖਰਾਬ ਕਰ ਲਿਆ। 20-20 ਸਾਲ ਹੋ ਗਏ ਮੀਸਾ ਕੋਲ ਪ੍ਰੈਡਨਿਸਲੋਨ ਖਾਂਦਿਆਂ ਨੂੰ, ਪਰ ਫਰਕ ਪਿਆ ਨਹੀਂ। ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਸੌਖੇ ਹੋ ਜਾਓ, ਤਾਂ ਜਿਵੇਂ ਤੁਹਾਨੂੰ ਦੱਸਿਆ ਇਸ ਤਰੀਕੇ ਦੇ ਨਾਲ ਫਲ ਤੇ ਜੂਸ ਬਣਾ ਕੇ ਲੈਣਾ ਸ਼ੁਰੂ ਕਰ ਦਿਓ, ਤੁਹਾਡੀ ਜ਼ਿੰਦਗੀ ਸੌਖੀ ਹੋ ਜੂ। ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ, ਸਾਡਾ ਉਪਰਾਲਾ ਚੰਗਾ ਲੱਗਿਆ, ਵੀ ਤੁਸੀਂ ਅੱਗੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਤੇ ਹੱਥ ਬੰਨ ਕੇ ਬੇਨਤੀ ਆ, ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਬੜੇ ਪੇਸ਼ੈਂਟ ਚੈਨਲ ਤੇ ਪਾਈਆਂ ਵੀਡੀਓ ਨੂੰ ਦੇਖ ਲੈਂਦੇ ਨੇ, ਉਹਨਾਂ ਤੋਂ ਲਾਭ ਵੀ ਲੈਂਦੇ ਨੇ ਸਤਿਗੁਰ ਦੀ ਕਿਰਪਾ ਨਾਲ, ਪਰ ਸਬਸਕ੍ਰਾਈਬ ਨਹੀਂ ਕਰਦੇ। ਤਾਂ ਹੱਥ ਬੰਨ ਕੇ ਬੇਨਤੀ ਹੈ, ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰੋ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਦੇ ਲਈ। ਸਤਿ ਸ਼੍ਰੀ ਅਕਾਲ ਜੀ।